ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਦੋਸਤੋ, ਕਿੱਦਾਂ? ਉਮੀਦ ਕਰਨਾ ਸਾਰੇ ਦੋਸਤ ਭਰਾ ਠੀਕ ਹੋਣਗੇ। ਜਿਹੜੇ ਜਿਹੜੇ ਵੀਰ ਚੈਨਲ 'ਤੇ ਨਵੇਂ, ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਅਤੇ ਵੀਡੀਓ ਨੂੰ ਲਾਈਕ ਕਰ ਦਿਉ। ਅਤੇ ਅੱਜ ਦੀ ਜਿਹੜੀ ਹੈ ਵੀਡੀਓ, ਉਹ ਆਪਾਂ ਜਿਹੜਾ ਨਾ ਕਰਨੀ ਹੈ ਸ਼ੁਰੂ। ਹਾਂਜੀ ਦੋਸਤੋ, ਅੱਜ ਦੀ ਜਿਹੜੀ ਵੀਡੀਓ ਹੈ, ਇਸ ਵੀਡੀਓ 'ਚ ਆਪਾਂ ਤੁਹਾਨੂੰ ਚਾਰ ਗੱਡੀਆਂ ਦਿਖਾਵਾਂਗੇ, ਠੀਕ ਹੈ। 14 ਮਾਡਲ ਅਤੇ 2 15 ਮਾਡਲ ਨੇ, ਇੱਕ 16 ਮਾਡਲ ਹੈ, ਠੀਕ ਹੈ। ਇਹ ਚਾਰ ਗੱਡੀਆਂ ਫਾਰ ਸੇਲ ਨੇ, ਠੀਕ ਹੈ। ਅਤੇ ਜਿਹੜੇ ਭਰਾ ਨੂੰ ਚਾਹੀਦੇ ਹੋਏ ਦੱਸਿਓ, ਤੁਹਾਨੂੰ ਨੰਬਰ ਸੈਂਡ ਕਰ ਦਾਂਗੇ। ਉਸ ਤੋਂ ਬਾਅਦ ਨੰਬਰ ਜਿਹੜਾ ਡਿਸਕ੍ਰਿਪਸ਼ਨ 'ਚ ਵੀ ਮੈਂ ਦੇ ਦਾਂਗਾ। ਅਤੇ ਇਹ ਚਾਰ ਗੱਡੀਆਂ ਚੈੱਕ ਕਰੋ, ਜੇ ਕਿਸੇ ਭਰਾ ਨੂੰ ਜ਼ਰੂਰਤ ਹੈ ਤਾਂ ਖਰੀਦ ਸਕਦਾ। ਅਤੇ ਚਲੋ ਜਲਦੀ ਜਲਦੀ ਤੁਹਾਨੂੰ ਗੱਡੀਆਂ ਦਿਖਾਈਏ, ਆਪਾਂ ਆਏ ਹਾਂ ਕੰਮ ਤੋਂ। ਅਤੇ ਉਹ ਆਪਾਂ ਆਪਣੀ ਗੱਡੀ ਲਾਈਏ, ਠੀਕ ਹੈ। ਡਨ। ਅਤੇ ਮੈਂ ਕਿਹਾ ਕਿਉਂ ਨਾ ਭਰਾਵਾਂ ਨੂੰ ਜਿਹੜਾ ਨਾ ਜਲਦੀ ਜਲਦੀ ਇੱਕ ਵੀਡੀਓ ਬਣਾ ਕੇ, ਜਿਹੜਾ ਨਾ ਜਿਹੜੇ ਭਰਾ ਨੂੰ ਗੱਡੀ ਦੀ ਜ਼ਰੂਰਤ ਹੋਏ ਉਹ ਗੱਡੀ ਲੈ ਸਕਦਾ। ਅਤੇ ਚਲੋ ਤੁਹਾਨੂੰ ਗੱਡੀਆਂ ਚੈੱਕ ਕਰਾਈਏ ਫਿਰ। ਅਤੇ ਹਾਂਜੀ ਜੀ ਦੋਸਤ, ਇਹ ਗੱਡੀਆਂ ਜੇ, ਠੀਕ ਹੈ। ਅਤੇ ਵਾਰੀ ਸਿਰ ਸਾਰੀਆਂ ਗੱਡੀਆਂ ਦੇ ਮੈਂ ਚੈੱਕ ਕਰਵਾਉਂਦਾ ਵਾਂ। ਇਹ ਗੱਡੀ ਦਾ ਸਭ ਤੋਂ ਪਹਿਲਾਂ ਚੈੱਕ ਕਰਨੇ ਮਾਡਲ ਕਿੰਨਾ। ਇਹ ਸਰਕਾਰ 16 ਮਾਡਲ ਗੱਡੀ ਜੇ, ਠੀਕ ਹੈ। ਚੈੱਕ ਕਰੋ, ਠੀਕ ਹੈ ਜੀ। ਟਾਇਰ ਜੀ ਇਹਦੇ ਟਾਇਰ ਮੱਠੇ ਹੀ ਨੇ, ਲੇਕਿਨ ਗੱਡੀ ਵੇਖ ਲਓ ਵੀ ਚੂੰ, ਠੀਕ ਹੈ। ਬਾਕੀ ਆ ਇਹਦਾ ਇੰਜਣ ਜੇ, ਠੀਕ ਹੈ। 16 ਮਾਡਲ ਗੱਡੀ ਜੇ, ਕੋਈ ਕੰਡੀਸ਼ਨ ਇਹਦੇ ਫਰੇਮ ਦੀ, ਠੀਕ ਹੈ। ਆ ਦੋ ਟਾਇਰ ਇਹਦੇ ਜਿਹੜੇ ਆ, ਠੀਕ ਹੈ ਨਾ। ਬਾਕੀ ਦੋ ਜਿਹੜੇ ਨੇ ਉਹ ਘਸੇ ਚੱਪਾ। ਇਹ 16 ਮਾਡਲ ਗੱਡੀ ਹੈ। ਅਤੇ ਮੈਂ ਚੈੱਕ ਕਰਨਾ ਮੀਟਰ, ਜੇ ਪਤਾ ਲੱਗ ਜੇ। ਚਾਬੀ ਦੇ ਵਿੱਚ ਇਹਦੇ ਹੈ ਨਹੀਂ, ਲੇਕਿਨ ਪਤਾ ਕੋਈ ਨਹੀਂ ਕਿੰਨੀ ਚੱਲੀ ਹੈ। 16 ਮਾਡਲ ਹੈ ਗੱਡੀ, ਉਂਝ ਦੇਖ ਸਕਦੇ ਹੋ ਡੈਸ਼ਬੋਰਡ ਵਗੈਰਾ ਠੀਕ ਹੀ ਹੈ। ਅਤੇ ਚਲੋ ਇਹ ਗੱਡੀ ਹੈ ਜੇ 16 ਮਾਡਲ, ਚੈੱਕ ਕਰ ਲਓ ਸਾਰੀ। ਅਤੇ ਉਸ ਤੋਂ ਬਾਅਦ ਹੁਣ ਇਸ ਗੱਡੀ ਵਾਲਾ ਹੀ ਹੋ, ਗੱਡੀ ਦੇ ਚੈੱਕ ਕਰਾਈਏ। ਇਹਦਾ ਮਾਡਲ ਨੰਬਰ ਚੈੱਕ ਕਰੀਏ ਕਿੰਨਾ। ਮਾਡਲ 14 ਜੇ, ਚੈੱਕ ਕਰ। ਚੌਦਾਂ ਮਾਡਲ ਜੇ, ਇਹਦਾ ਇੰਜਨ ਜੇ ਦੇਖ ਲਿਓ, ਇਹ ਫਰੇਮ ਜੇ, ਬੈਟਰੀਆਂ ਨਵੀਆਂ ਇਹਨੂੰ ਲਾਈਆਂ, ਦੇਖ ਲਿਓ। ਟਾਇਰ ਇਹਦੇ ਖਤਮ ਹੋਏ ਨੇ, ਉਹ ਹੈ ਨੇ ਫਿਰ ਵੀ ਠੀਕ ਹੈ, ਦੋ ਖਤਮ। 14 ਮਾਡਲ ਜੇ, ਠੀਕ ਹੈ। ਅਤੇ ਚਾਬੀਆਂ ਵਿੱਚ ਹੈ ਨਹੀਂ, ਤੁਹਾਨੂੰ ਇਹ ਨਹੀਂ, ਮੈਂ ਵੇਖ ਨਹੀਂ ਸਕਦਾ ਮੀਟਰ ਕਿ ਕਿੰਨੀਆਂ ਚੱਲੀਆਂ। ਗੱਡੀਆਂ ਖੁੱਲੀਆਂ ਲੇਕਿਨ ਵਿੱਚ ਚਾਬੀਆਂ ਕੋਈ ਨਹੀਂ। ਇਹ ਗੱਡੀ 14 ਮਾਡਲ, ਠੀਕ ਹੋ ਗਿਆ। ਉਸ ਤੋਂ ਬਾਅਦ ਇਹ ਗੱਡੀ ਚਲਾਈਓ, ਇਹ ਗੱਡੀ ਵੇਖ ਲਈ ਕਿੰਨੇ ਮਾਡਲ ਇਹਦੇ, ਕੀ ਹਿਸਾਬ ਕਿਤਾਬ ਇਹਦਾ। 16 ਮਾਡਲ ਗੱਡੀ ਜੀ ਆ ਸਰਕਾਰ, ਲੇਕਿਨ ਹਾਲਤ ਇਹਦੀ ਜਿਹੜੀ ਹੈ ਨਾ, ਬਹੁਤ ਹੀ ਵਿੱਚ ਭੈੜੀ ਬਣਾਈ ਹੈ, ਠੀਕ। 16 ਮਾਡਲ, ਇਹ ਤਾਂ ਸਾਰੀ ਖੜਕਦੀ ਹੈ ਵਿੱਚ ਉਧਰੀ। ਬਾਕੀ ਆ ਇਹਦਾ ਇੰਜਣ ਜੇ, ਆ ਇਹਦਾ ਫਰੇਮ ਜੇ, ਚੈੱਕ ਕਰ। ਟਾਇਰ ਜਿਹੜੇ ਆ ਸਰਕਾਰ, ਟਾਇਰ ਠੀਕ ਨੇ, ਅਗਲੇ ਟਾਇਰ ਠੀਕ ਨੇ, ਪਿੱਛੇ ਜਿਹੜੇ ਨੇ ਨਾ ਟਾਇਰ ਉਹ ਮਾਠੇ ਮਾਠੇ। ਚੈੱਕ ਕਰ ਲਓ ਜੀ, ਆ
16 ਮਾਡਲ ਜੋ, ਉਸ ਤੋਂ ਬਾਅਦ ਆਹ ਗੱਡੀ ਆ ਜਾਂਦੀ ਇੱਕ, ਠੀਕ ਹੈ। ਇਹ ਵੀ ਸਾਨੂੰ ਚੈੱਕ ਕਰਾਈਏ ਕਿੰਨੇ ਮਾਡਲ, ਇਹ ਵੀਰ 15 ਮਾਡਲ ਗੱਡੀ ਜੇ, ਠੀਕ ਹੈ। ਇਹ ਸਾਰੀਆਂ ਗੱਡੀਆਂ ਵਿੱਚ ਐਂਜੀ ਲੈ ਕੇ ਤੁਹਾਨੂੰ ਤਿਆਰ ਕਰਵਾਉਣੀਆਂ ਪੈਣੀਆਂ, ਠੀਕ ਹੈ। ਪੁਸ਼ਿੰਗ ਵਗੈਰਾ ਜੇ ਉਹ ਸਾਰਾ ਸਿਸਟਮ ਜਿਹੜਾ ਨਾ, ਕਿਉਂਕਿ ਗੱਡੀਆਂ ਰੈਂਟ 'ਤੇ ਚੱਲਦੀਆਂ ਰਹੀਆਂ ਅਤੇ ਹੁਣ ਜਿਹੜੀਆਂ ਨਾ ਵਾਪਸ ਆ ਗਈਆਂ ਰੈਂਟ ਤੋਂ, ਅਤੇ ਹੁਣ ਨਵੀਆਂ 20 ਗੱਡੀਆਂ ਕਢਾਈਆਂ ਹਨ, ਅਤੇ ਜਿਹੜੀਆਂ ਪੁਰਾਣੀਆਂ ਗੱਡੀਆਂ ਨਾ ਹੁਣ ਫਾਰ ਸੇਲ ਹੋ ਰਹੀਆਂ। ਇਹਦਾ ਇੰਜਨ ਅਤੇ ਫਰੇਮ ਜੇ ਚੈੱਕ ਕਰੋ, ਇਹਦਾ ਸਾਹਮਣੇ ਤੁਹਾਨੂੰ ਜਿਹੜਾ ਨਾ ਮੈਂ ਚਿਹਰਾ ਦੀਦਾਰ ਕਰਾ ਦਿਆਂ ਜ਼ਰਾ। ਚੈੱਕ ਕਰ ਇਹ ਗੱਡੀਆਂ ਜੇ ਸਾਰੀਆਂ, ਓਕੇ ਹੋ ਗਈ। ਕਿਸੇ ਭਰਾ ਨੂੰ ਚਾਹੀਦੀ ਹੋਏ ਗੱਡੀ, ਸਰਕਾਰ ਰਾਬਤਾ ਕਰੋ, ਨੰਬਰ ਤੁਹਾਨੂੰ ਮਿਲ ਜਾਵੇਗਾ, ਠੀਕ ਹੈ। ਬਾਕੀ ਬੈਕ ਸਾਈਡ ਤੋਂ ਇਹਨਾਂ ਦੇ ਫਰੇਮ ਵੀ ਚੈੱਕ ਕਰਾ ਦਾਂ ਸਾਰੀਆਂ ਦੇ ਤੁਹਾਨੂੰ। ਫਿਰ ਓਕੇ ਹੋ ਗਿਆ ਜੀ, ਜਿਹੜੇ ਭਰਾ ਨੂੰ ਗੱਡੀ ਦੀ ਜ਼ਰੂਰਤ ਹੋਏ ਨੰਬਰ ਉਂਝ ਵੀ ਮੈਂ ਡਿਸਕ੍ਰਿਪਸ਼ਨ 'ਚ ਦੇ ਦਾਂਗਾ, ਠੀਕ ਹੈ। ਉਹਦੇ 'ਤੇ ਵਟਸਐਪ ਹੈ, ਰਾਬਤਾ ਕਰੋ ਤੁਸੀਂ, ਅਤੇ ਜਿਹੜੇ ਭਰਾ ਨੂੰ ਚਾਹੀਦੀ ਹੈ ਗੱਡੀ ਲੈ ਸਕਦਾ, ਠੀਕ ਹੈ ਜੀ। ਇਹ ਗੱਡੀਆਂ ਹਮਦਾਨੀਆਂ ਖਲੋਤੀਆਂ ਨੇ, ਹਮਦਾਨੀਆਂ ਦੇ ਵਿੱਚ ਖਲੋਤੀਆਂ ਗੱਡੀਆਂ, ਠੀਕ ਹੈ। ਇੱਧਰ ਪਾਂਡਾ, ਠੀਕ ਹੈ, ਪਾਂਡਾ ਦੇ ਕੋਲ ਆ ਗੱਡੀਆਂ ਖਲੋਤੀਆਂ, ਠੀਕ ਹੋ ਗਿਆ। ਮਦਰਸਾ ਹੈਬਰ ਪਾਂਡਾ ਦੇ ਕੋਲ ਹੀ ਆ ਗੱਡੀਆਂ ਖਲੋਤੀਆਂ, ਜਿਹੜੇ ਭਰਾ ਨੂੰ ਚਾਹੀਦੀ ਹੋਏ ਦੱਸਿਓ, ਲੋਕੇਸ਼ਨ ਵੀ ਆਪਾਂ ਦੇ ਦਾਂਗੇ, ਨੰਬਰ 'ਤੇ ਰਾਬਤਾ ਕਰ ਲਿਓ, ਲੋਕੇਸ਼ਨ ਤੁਹਾਨੂੰ ਸੈਂਡ ਕਰ ਦਿਆਂਗਾ, ਠੀਕ ਹੈ ਜੀ। ਅਤੇ ਆਹ ਛੋਟੀ ਸਾਰੀ ਵੀਡੀਓ ਹੀ ਮੈਂ ਭਰਾਵਾਂ ਨਾਲ ਸ਼ੇਅਰ ਕਰ ਦਈਏ, ਕਿਉਂਕਿ 5 ਗੱਡੀਆਂ ਹੁਣ ਇੱਕ ਚਲੀ ਗਈ ਹੈ ਪੁਰਾਣਾ ਮਾਡਲ ਹੀ, ਅਤੇ ਬਾਕੀ ਇਹ ਜਿਹੜੀਆਂ ਨੇ ਰਹਿ ਗਈਆਂ, ਠੀਕ ਹੈ ਜੀ। ਉਹ ਇਹ ਵੀ ਫਾਰ ਸੇਲ ਜੇ, ਠੀਕ ਹੈ।